लखा रुपया कमाओ, लखा रुपया किदा कमाइए, इधर की बनिया पिया। दिलबा जी की गल होगी? होर महाराज की हाल चाल? ठीक जी बाबा, की गल होगी? ਤੁਸੀਂ ਅੱਜ ਸਾਡੇ ਗੋਦਾਮ 'ਚ ਛਾਪਾ ਮਾਰ ਲਿਆ। ਛਾਪਾ ਮਾਰਿਆ ਕਿ ਤੁਸੀਂ ਉਹਦੇ ਲੱਖਾਂ ਰੁਪਈਆ ਕਮਾਓ? ਲੱਖਾਂ ਜੀ ਜ਼ਰੂਰ, ਲੱਖਾਂ ਰੁਪਈਏ ਕਮਾਓ, ਤੁਸੀਂ ਆਪਣਾ ਕਾਰੋਬਾਰ ਕਰੋ, ਬਹੁਤ ਵਧੀਆ ਲੈਵਲ ਦਾ ਕਾਰੋਬਾਰ ਕਰੋ। ਤੁਸੀਂ ਇਹ 'ਚ ਕੀ ਦੋਹਰਾ ਆ? ਸਾਰੇ ਪਾਸੇ ਪ੍ਰਦੀਪ ਜੀ ਡੱਬੇ 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 ਗੋਦਾਮ ਭਰਿਆ ਪਿਆ। ਜਿੰਨਾ ਮਰਜ਼ੀ ਸਾਡਾ ਕਲੀਨਰ ਭਰਦਾ ਸਕ੍ਰਬ ਹੈ, ਜਿੰਨਾ ਮਰਜ਼ੀ ਕੰਮ ਕਰੋ, ਜਿੰਨਾ ਮਰਜ਼ੀ ਕੰਮ ਕਰੋ, ਜਿੰਨਾ ਮਰਜ਼ੀ ਕੰਮ ਕਰੋ ਕਰੋ, ਹੋਲਸੇਲ ਦਾ ਕੰਮ ਕਰੋ, ਹੋਲਸੇਲ ਦਾ ਕੰਮ ਕਰੋ, ਹੋਲਸੇਲ ਦਾ ਕੰਮ ਕਰੋ। ਹੋਲਸੇਲ ਦਾ ਕਿੱਦਾਂ ਕਰੀਏ ਕੰਮ ਭਾਜੀ? ਕੀ ਕਰੀਏ ਪਿਓਰ? ਮੈਂ ਦੱਸ ਰਿਹਾ ਜੀ, ਦੇਖੋ ਇਹ ਕਲੀਨਰ, ਕਲੀਨਰ ਭਾਰਤ ਕੰਪਨੀ ਦਾ ਜਿਹੜਾ ਪ੍ਰੋਡਕਟ ਹੈ, ਖੁੱਲ੍ਹ ਕੇ ਕੰਮ ਕਰੋ, ਵਧੀਆ ਕੁਆਲਿਟੀ ਦਾ ਤੁਹਾਨੂੰ ਮਾਲ ਹੈ, ਮਾਲ ਦੀ ਕੋਈ ਕਮੀ ਨਹੀਂ ਮਿਲੇਗੀ। ਜਿੰਨਾ ਮਰਜ਼ੀ ਮਾਲ ਦਾ ਭਲਾ ਇੰਨਾ ਸੁੱਟਦਾ ਗੁਰੂ, ਕੀ ਗੱਲ ਹੋ ਗਈ? ਕੰਮ ਕਰੋ, ਮਾਲ ਦੀ ਕੋਈ ਘਾਟ ਨਹੀਂ ਹੈ, ਤੁਹਾਨੂੰ ਜਿਹੜਾ ਰੇਟ ਦੇ ਦੇਵਾਂਗੇ ਥੱਲੇ ਸੁੱਟਦੇ ਸਾਰਾ ਮਾਲ ਤੁਹਾਨੂੰ, ਮੈਂ ਕਹਿੰਦਾ ਜੀ ਮਾਲ ਹੀ ਬਹੁਤ ਹੈ, ਤੁਹਾਨੂੰ ਜਿਹੜਾ ਰੇਟ ਦੇ ਦੇਵਾਂਗੇ ਤੁਹਾਨੂੰ ਪੂਰੇ ਸ਼ਹਿਰ 'ਚ ਰੇਟ ਨਹੀਂ ਮਿਲੇਗਾ। ਨਹੀਂ ਕੰਮ ਸ਼ੁਰੂ ਕਿੱਦਾਂ ਬੰਦਾ ਕਰੇ? ਕਿ ਏਰੀਆ ਦਾ ਡਿਪੈਂਡ ਹੋਇਆ, ਕੋਈ ਚਾਰੇ ਪਾਸੇ ਡੱਬੇ ਡੱਬੇ ਵੇਖੀ ਜਾਂਦੇ ਕਿਹੜੇ ਪਾਸੇ? ਨਹੀਂ ਸਾਡੇ ਕੋਲ ਆ ਵੀ ਸਕ੍ਰਬਰ ਦਾ ਸਪੰਚ ਦਾ ਮਾਲ ਵੀ ਆ। ਅੱਛਾ ਜੀ। ਦੂਜਾ ਵੀ, ਅਗਰ ਲੂਜ਼ ਲੈਣਾ ਹੈ ਅਸੀਂ ਲੂਜ਼ ਵੀ ਦੇ ਦਾਂਗੇ। ਰੇਟ ਦੀ ਗੱਲ ਕਰੀਏ, ਆਫਰ ਦੇ ਦਈਏ ਤੁਹਾਡੇ ਚੈਨਲ ਤੇ, ਦੇ ਦਿਓ, ਦੇ ਦਈਏ ਆਫਰ, ਦੇ ਕੱਢੋ ਖੁੱਲਾ 4 ਪੀਸ ਦਾ ਪੀਸ ਲਓ ਜੀ। ਕਿੰਨੇ ਕਰਤਾ ਜੀ? ਪਿਓਰ ਓਰੀਜਨਲ ਮਾਲ 4 ਰੁਪਏ ਦਾ, ਸਿਰਫ 4 ਰੁਪਏ ਦਾ, 4 ਰੁਪਏ ਦਾ ਭਾਜੀ। ਲਾਈਵ ਚੱਲਣ ਦਾ ਝੂਠ ਨਾ ਬੋਲੀ ਜਾਇਓ, ਲਾਈਵ ਤੁਸੀਂ ਸਾਨੂੰ ਸ਼ੇਅਰ ਕਰਕੇ ਸਾਡੇ ਕੋਲ ਆ ਜਾਓ। ਪ੍ਰਦੀਪ ਜੀ ਲਾਈਵ ਚੱਲਣ ਦਾ, ਜੇ ਝੂਠ ਬੋਲਿਆ ਤੇ ਵੇਖ ਲਿਓ। ਦਸਾਂ ਗਰੁੱਪਾਂ 'ਚ ਸ਼ੇਅਰ, ਦਸਾਂ ਗਰੁੱਪਾਂ 'ਚ ਸ਼ੇਅਰ ਕਰਕੇ ਆਓ, ਸਾਡੇ ਕੋਲ ਮਾਲ ਲਓ, ਪੂਰਾ ਮਾਲ ਲਓ। ਪ੍ਰਦੀਪ ਜੀ ਗੱਲ, ਔਰ ਪਿਓਰ ਬਿਜ਼ਨਸ ਦੀ ਮੈਨੂੰ ਲੱਖਾਂ ਨਹੀਂ, ਮੈਨੂੰ ਲੱਖਾਂ ਰੁਪਈਆ ਕਿੱਦਾਂ ਕਮਾਉਂਗੇ ਉਹ ਸਮਝਾ। ਮੈਂ ਦੱਸਦਾ ਜੀ, ਅਸੀਂ ਮਾਲ ਦਵਾਂਗੇ ਤੁਹਾਨੂੰ ਹੋਲਸੇਲ ਦੇ ਵਿੱਚ 5 ਰੁਪਏ ਦਾ ਪੀਸ ਦਵਾਂਗੇ। ਸਿਰਫ 5 ਦਾ? ਸਿਰਫ 5 ਰੁਪਏ ਦਾ, ਪਲੱਸ ਪੁਆਇੰਟ ਦੀ ਜਿਹੜੀ ਕੁਆਲਿਟੀ ਆ ਕਿ ਇਹ ਜਿਹੜਾ ਮਾਲ ਹੋਏਗਾ, ਦੇਖੋ ਇਹਦੇ ਵਿੱਚ ਸਭ ਤੋਂ ਵੱਡੀ ਕੱਟ ਲੱਗੇ ਹੋਣਗੇ, ਪੀਸ ਪੜ ਜਾਂਦੇ ਜੇ, ਪੀਸ ਵਾਧੂ ਮਾਲ ਹੈ, ਪਰਵਾਹੀ ਕੋਈ ਨਹੀਂ। ਇਹਦਾ ਕੀ ਇਹਦੀ ਮਜ਼ਾ ਫਰਕ ਕੀ ਆ? ਦੇਖੋ ਜੀ, ਸਭ ਤੋਂ ਵੱਡੀ ਗੱਲ ਇਹਦੇ ਵਿੱਚ 10 ਗ੍ਰਾਮ ਦਾ ਨੈਟ ਵਜਨ ਹੋਊਗਾ ਇਹਦਾ। 10 ਗ੍ਰਾਮ ਨੈਟ ਵਜਨ? ਬਿਲਕੁਲ 10 ਗ੍ਰਾਮ ਦਾ ਇਹਦਾ ਵਜਨ ਹੋਏਗਾ। ਅੱਛਾ ਜੀ। ਔਰ ਪਲੱਸ ਤੋਂ ਸਭ ਦੀ ਵੱਡੀ ਗੱਲ ਹੈ ਕਿ ਇਹ ਜਿਹੜਾ ਬੂਰਾ ਹੈ, ਇਹ ਜਿਹੜਾ ਸਕ੍ਰਬਰ ਹੈ, ਇਹ ਹੱਥ ਤੇ ਨਹੀਂ ਫਿਰੇਗਾ, ਪਿਓਰ ਸਟੀਲ ਦਾ। ਕੁਆਲਿਟੀ ਇਹ ਕੁਆਲਿਟੀ ਚੈੱਕ ਕਰੋ ਤੁਸੀਂ, ਤੇ ਵੇਟ ਕਿੰਨਾ ਹੋਏਗਾ ਇਹਦਾ? ਨੈਟ 10 ਗ੍ਰਾਮ ਇਹਦਾ ਵਜਨ ਹੋਏਗਾ। ਔਰ ਸਭ ਤੋਂ ਵੱਡੀ ਗੱਲ ਮੇਰੀਆਂ ਭੈਣਾਂ ਵਾਸਤੇ ਜਿਹੜੇ ਘਰਾਂ 'ਚ ਯੂਜ਼ ਕਰਦੇ ਨੇ, ਇਹ ਲੋਹੇ ਦੇ ਬੂਰੇ ਦਾ ਨਹੀਂ ਬਣਿਆ ਜੀ। ਅੱਛਾ ਜੀ। ਇਹ 430 ਗ੍ਰੇਡ ਦੀ ਤਾਰ ਦਾ ਮਾਲ ਬਣਿਆ। ਵੇਟ ਕਿੰਨਾ ਸਿਆ ਇਹਦਾ? ਇਹ ਹੱਥ ਨਹੀਂ ਕੱਟੇਗਾ, ਦੇਖੋ ਮੂੰਹ ਤੇ ਫੇਰੋ, ਫੇਰ ਮੂੰਹ ਤੇ। ਅੱਛਾ ਜੀ। ਮੂੰਹ ਤੇ ਫੇਰੋ, ਹੱਥ ਤੇ ਫੇਰੋ, ਪੁੱਠੇ ਹੱਥ ਤੇ। ਇਹ ਵਾਕਿਆ ਚੀਜ਼ ਪ੍ਰਦੀਪ ਜੀ, ਇਹ ਕੀ ਕਿਲਾ ਹੈ? ਸੌਫਟ ਹੈ, ਇਹ ਤੁਹਾਡੇ ਹੱਥ ਨਹੀਂ ਕੱਟੇਗਾ, ਕਿਸੇ ਤਰ੍ਹਾਂ ਦਾ ਹੱਥ ਦੇ ਕੱਟ ਨਹੀਂ ਲੱਗੇਗਾ। ਔਰ ਸਭ ਤੋਂ ਵੱਡੀ ਗੱਲ ਇਹਦੇ ਵਿੱਚ ਇਹ ਤੁਹਾਨੂੰ ਮੈਂ ਦੱਸ ਦਿੰਦਾ ਕਿ ਅਗਰ ਸਾਡੇ ਮਾਲ ਨੂੰ, ਸਾਡੇ ਇਸ ਪ੍ਰੋਡਕਟ ਨੂੰ ਜੰਗ ਲੱਗ ਜਾਵੇ, ਕੋਈ ਸਾਬਤ ਕਰ ਦੇਵੇ ਕਿ ਤੁਹਾਡੇ ਮਾਲ ਨੂੰ ਜੰਗਾਲ ਲੱਗ ਗਿਆ ਪਾਣੀ ਦੇ ਵਿੱਚ, ਤੇ ਮਾਲ ਖੁੱਲਾ ਹੀ ਵਾਪਸ ਦੇ ਜਾਓ ਸਾਨੂੰ, ਗਰੰਟੀ ਫੁੱਲ। ਮੈਂ ਕਿਹਾ ਮੇਰੀ ਗਰੰਟੀ ਔਨ ਰਿਕਾਰਡ, ਮੈਂ ਤੁਹਾਡੇ ਚੈਨਲ ਤੇ ਕਹਿ ਰਿਹਾ ਭਾਜੀ, ਲਾਈਵ ਰਿਕਾਰਡ ਨਹੀਂ ਜੇ। ਮੈਂ ਕਿਹਾ ਜੀ ਤੁਹਾਡੇ ਲਾਈਵ ਚੈਨਲ ਤੇ ਕਹਿ ਰਿਹਾ, ਅਗਰ ਕਿ ਸਾਡੇ ਮਟੀਰੀਅਲ ਨੂੰ ਸਾਬਤ ਕਰ ਦੋ ਕਿ ਇਹਨੂੰ ਜੰਗਾਲ ਲੱਗ ਜਾਵੇ। ਇਹਦੇ ਉੱਪਰ ਲਿਖਿਆ ਬੋਰਡ ਦਾ ਬਣਾਇਆ ਹੋਇਆ ਬੈਕਸਾਈਡ ਸਾਰਾ ਹੀ। ਹਾਂ, ਇਹਦੇ ਉੱਪਰ 20 ਰੁਪਏ ਲਿਖਿਆ ਆਪਾਂ ਟੋਟਲ ਤੇ, ਠੀਕ ਹੈ ਜੀ। 20 ਰੁਪਏ ਦੇ ਵਿੱਚ ਆਮ ਰੇਟ ਜਿਹੜਾ ਲੋਕ, ਅਸਲ 'ਚ ਕੀ ਮਾਰਕੀਟ 'ਚ ਨਕਲੀ ਮਾਲ ਬਹੁਤ ਵਿਕਦਾ, ਲੋਹੇ ਦਾ ਬੂਰਾ ਜਿਹੜਾ ਵਾ ਬਹੁਤ ਵਿਕਦਾ ਵਾ, ਇਸ ਕਰਕੇ ਜਿਹੜਾ ਕਿ ਲੋਕਾਂ ਨੂੰ ਸਿਰਫ 10 ਰੁਪਏ ਤੱਕ ਹੀ ਨਕਲੀ ਮਾਲ ਵਾਲੇ ਨੇ ਰੱਖਿਆ। ਅੱਜ ਵੀ ਤੁਸੀਂ ਚੰਗੀ ਕੰਪਨੀ ਦਾ ਮਾਲ ਲਓਗੇ 20 ਤੋਂ ਪਲੱਸ ਵੀ ਵਿਕ ਜਾਂਦਾ, ਪਰ ਅਸੀਂ ਓਰੀਜਨਲ ਤੁਹਾਨੂੰ ਜਿਹੜਾ ਇਹ ਜਿਹੜਾ ਜੂਨਾ ਹੈ ਸਟੀਲ ਵੂਲ ਹੈ, ਓਰੀਜਨਲ ਤੁਹਾਨੂੰ 5 ਰੁਪਏ ਦਾ ਪੀਸ ਦੇਵਾਂਗੇ। 5 ਰੁਪਏ ਦਾ? ਮਤਲਬ ਕਿ ਇੱਕ ਪੀਸ ਪਏਗਾ 5 ਰੁਪਏ ਦਾ? ਤੁਸੀਂ ਆਪਣੇ 5 ਤੋਂ ਪ੍ਰਿੰਟ ਭਾਜੀ, ਪ੍ਰਿੰਟ ਕਿੰਨਾ ਸਿਆਦਾ? ਪ੍ਰਿੰਟ ਇਹਦਾ 20 ਰੁਪਏ ਆ ਜੀ, ਪ੍ਰਿੰਟ 20 ਰਹੇਗਾ, ਪ੍ਰਿੰਟ 20 ਰਹੇਗਾ। ਤੇ ਵਿੱਚ ਇੱਕ ਪੱਤੇ 'ਚ ਕਿੰਨੇ ਪੀਸ ਹੈਗੇ? ਇੱਕ ਪੱਤੇ 'ਚ 12 ਪੀਸ ਆਉਂਦੇ ਆ, 12 ਪੀਸ ਤੇ 5 ਰੁਪਏ ਦਾ ਮਤਲਬ ਪਏਗਾ 5 ਰੁਪਏ ਦਾ? ਡੱਬੇ ਤੇ 12 ਵੇਖ ਰਿਹਾ, 5 ਰੁਪਏ ਲਿਖਿਆ ਹੋਇਆ, ਮੈਂ 5 ਰੁਪਏ ਕਰਦਾ, ਸਾਰੇ ਭਰੇ ਪਏ ਆ, ਸਾਰੇ ਭਰੇ, ਸਾਰਾ 5 ਰੁਪਏ ਮਾਲ ਕੇ ਦੇਖ ਲਓ। ਉਹ ਤੁਹਾਡਾ ਭਲਾ ਜੇ ਅਸੀਂ ਬੜੀ ਹੁੰਦੇ, ਉਹ ਤੁਹਾਡਾ ਭਲਾ ਹੈ, ਪਰਵਾਹ ਨਹੀਂ ਜੀ ਕੋਈ। ਅੱਛਾ ਜੀ, ਸਾਰੇ ਮਾਲ ਇੱਕੋ ਵਿਆਹੀ ਹੋਈ ਹੈ? ਇੱਕੋ ਹੀ ਆ ਜੀ, ਸਾਰੇ ਇੱਕੋ ਹੀ ਆ? ਹਾਂਜੀ। ਕੀ ਬਾਤ ਹੈ, ਜਿਹੜੇ ਮਰਜ਼ੀ ਖੋਲ ਕੇ ਦੇਖ ਲਓ, ਸਾਰੇ ਇੱਕੋ ਮਾਲ ਆ। ਹਾਂਜੀ, ਬਸ ਉਹ ਚੀਜ਼ ਪ੍ਰੋਡਕਟ ਕੀ ਆ, 5 ਰੁਪਏ ਦਾ, ਸਿਰਫ 5 ਰੁਪਏ ਦਾ, ਸਿਰਫ 5 ਰੁਪਏ ਦਾ ਪੀਸ ਮਿਲੂਗਾ, ਪਿਓਰ 430 ਗ੍ਰੇਡ ਦਾ ਮਾਲ ਮਿਲੇਗਾ, ਔਰ ਨੈਟ 10 ਗ੍ਰਾਮ। ਸਭ ਤੋਂ ਵੱਡੀ ਗੱਲ ਜਿਹੜੀ ਮੇਰੇ ਭੈਣਾਂ ਵਾ ਘਰ 'ਚ ਕੰਮ ਕਰਦੀ ਆ, ਉਹਨਾਂ ਦੇ ਹੱਥਾਂ ਤੇ ਕੱਟ ਪਿਓਰ ਸਟੀਲ ਦੀ ਤਾਰ ਦਾ ਬਣਿਆ ਹੋਇਆ ਜੀ। ਅੱਛਾ, ਪੂਰਾ ਪਿਓਰ ਦਾ ਬਣਿਆ? ਬਿਲਕੁਲ ਪਿਓਰ ਦਾ ਬਣਿਆ। ਤੁਸੀਂ ਸਾਡੇ ਕੋਲ 5 ਰੁਪਏ ਦਾ ਪੀਸ ਲਓ,
ਲੇਡੀਜ਼ ਨੂੰ ਡੋਰ ਟੂ ਡੋਰ ਵੇਚਣ ਵਾਸਤੇ ਬਾਹਰ ਭੇਜੋ। ਸਾਡੇ ਕੋਲ ਵੀ ਲੇਡੀਜ਼ ਆਉਂਦੇ ਨੇ, ਡੋਰ ਟੂ ਡੋਰ ਮਾਲ ਸਪਲਾਈ ਕਰਦੇ ਨੇ, ਅਸੀਂ ਉਹਨਾਂ ਨੂੰ 5 ਰੁਪਏ ਦਿੰਦੇ ਇੱਕ ਪੀਸ ਦੇ, ਮਗਰ 5 ਰੁਪਏ ਲੇਡੀਜ਼ ਕਮਾ ਕੇ ਆਪਣੇ ਘਰ ਜਾਂਦੀ। ਅਗਰ ਇੱਕ ਦਿਨ ਦੇ ਵਿੱਚ 100 ਪੀਸ ਵੀ ਵੇਚ ਜਾਂਦੀ ਇੱਕ ਲੇਡੀ, ਇੱਕ ਦਿਨ ਦੇ ਵਿੱਚ 100 ਪੀਸ, ਮਾਮੂਲੀ ਜੀ ਗੱਲ ਹੈ 100 ਪੀਸ ਵੇਚਣਾ, ਮਾਮੂਲੀ ਜੀ ਗੱਲ ਹੈ 100 ਪੀਸ ਵੇਚਣਾ ਇੱਕ ਦਿਨ ਦੇ ਵਿੱਚ। ਅਗਰ 100 ਪੀਸ ਵੇਚਦੀ ਤੇ 5 ਰੁਪਏ ਦੇ ਹਿਸਾਬ ਨਾਲ, ਅਗਰ ਲੇਡੀਜ਼ ਕੋਈ ਘਰਾਂ 'ਚ ਕੰਮ ਕਰਨ ਵਾਲੀ ਹੋਵੇ ਜਾਂ ਜਿਸ ਨੂੰ ਕੰਮ ਦੀ ਲੋੜ ਹੋਵੇ, ਤੇ 500 ਰੁਪਇਆ ਇੱਕ ਦਿਨ ਦਾ ਕਿਧਰੇ ਵੀ ਨਹੀਂ ਗਿਆ। ਕਿਉਂਕਿ ਕਈ ਵਾਰ ਆਪਾਂ ਵੇਖਦੇ ਬਿਜ਼ਨਸ ਦੀ ਗੱਲ ਆਉਂਦੀ ਹੈ ਕਿ ਵੱਡੇ ਬਿਜ਼ਨਸ ਆ ਕਹਿੰਦੇ ਕਿ ਆਪਾਂ ਖਰੇ ਵੱਡੇ ਬਿਜ਼ਨਸ ਕਰ ਸਕਦੇ, ਤੁਸੀਂ ਮਤਲਬ ਕਿ ਫਿਰ ਸਟਾਰਟਿੰਗ ਬੰਦਾ ਕਿੰਨੇ ਤੋਂ ਕਰ ਸਕਦਾ? ਦੇਖੋ ਜੀ, ਸਟਾਰਟਿੰਗ ਚਾਹੇ ਤੁਸੀਂ 5,000 ਤੋਂ ਕੰਮ ਸ਼ੁਰੂ ਕਰ ਲਓ, 5,000 ਤੋਂ ਵੀ ਮੇਰੇ ਨਾਲ ਜੁੜੋ, 5,000 ਤੋਂ ਕੰਮ ਸ਼ੁਰੂ ਕਰ ਲਓ, 2,000 ਤੋਂ ਕੰਮ ਸ਼ੁਰੂ ਕਰ ਲਓ, 1,000 ਤੋਂ ਸ਼ੁਰੂ ਕੰਮ ਕਰ ਲਓ। ਜੇ ਕਿਸੇ ਪਾਰਟੀ 'ਚ ਬੈਠਦੇ ਹਾਂ ਤਾਂ 1,000-2,000 ਰੁਪਏ ਦੇ ਲੋਕ ਥੰਮਸ ਅਪ ਕੋਕੀ ਪੀ ਜਾਂਦੇ ਆ। ਹਾਂਜੀ ਬਿਲਕੁਲ ਸਹੀ ਗੱਲ, ਤੇ ਤੁਸੀਂ 10,000-2,000 ਰੁਪਏ ਲਾ ਕੇ ਕੰਮ ਕਰੋ। ਮੈਂ ਵੇਖ ਰਿਹਾ ਦਰਸ਼ਕੋ, ਆਹ ਦੇਖੋ ਬਾਈ ਹੁਣਾਂ ਨੇ ਜਿਹੜੀ ਆਫਰਾਂ ਵੱਡੀ ਤੋਂ ਵੱਡੀ ਆਫਰ, ਆਹ ਸਾਰਾ ਮਾਲ ਪਿਆ ਬਾਈ ਹੁਣਾਂ ਦਾ। ਵੇਖੋ ਮੈਂ ਫਿਰ ਅਪਰਲੀ ਸਾਈਡ ਤੋਂ ਸੁੱਟਦਾ ਕਿ ਸਾਰੇ ਆਪਾਂ ਨਾਲ ਦੀ ਇੱਕ ਵਾਰ ਵੀਡੀਓ ਵੇਖ ਲਓ ਮਾੜੀ ਜੀ, ਮੈਂ ਸਾਰਾ ਦਿਖਾਦਾ ਬਾਈ ਹੁਣਾਂ ਸੁੱਟਿਆ ਪਿਆ, ਗੋਦਾਮ ਭਰਿਆ ਪਿਆ ਬਾਈ ਹੁਣਾਂ ਦੇ ਕੋਲ, ਆਹ ਵੇਖੋ ਸਾਰੇ ਗੋਦਾਮ। ਅੱਛਾ, ਇਸ ਤੋਂ ਸਭ ਤੋਂ ਵੱਡੀ ਗੱਲ ਜਿਹੜਾ ਜਿਹਨੂੰ ਤੱਕੀਏ ਬੋਲਦੇ ਆ, ਫੋਮ ਵਾਲਾ ਪੈਡ ਹੈ, ਇਹ ਵੀ ਤੁਹਾਨੂੰ ਸਾਡੇ ਕੋਲੋਂ 5 ਰੁਪਏ ਦਾ ਮਿਲੇਗਾ, ਬੈਸਟ ਕੁਆਲਿਟੀ ਦਾ, ਕਿਤੇ ਨਾ ਕਿਤੇ 10 ਦਿਨ ਜ਼ਰੂਰ ਚੱਲੇਗਾ। ਫਿਰ ਤਾਂ ਮੈਂ ਲਾਈਵ ਕਰ ਰਿਹਾ, ਝੂਠਾ ਬੋਲ ਦਿਓ, 10 ਦਿਨ ਚੱਲੇਗਾ। ਸਾਨੂੰ ਤੁਹਾਡੀ ਵੀਡੀਓ ਦੇ ਸ਼ਾਰਟ ਵਿਖਾ ਕੇ ਆ ਜਾਣ, 5 ਰੁਪਏ ਦਾ ਪੀਸ ਮੇਰੇ ਕੋਲ ਲੈ ਜਾਣ, ਚਾਹੇ ਹੋਲਸੇਲ ਲੈ ਜਾਓ ਚਾਹੇ ਰਿਟੇਲ ਲੈ ਜਾਓ, 5 ਰੁਪਏ ਦਾ ਪੀਸ, 5 ਰੁਪਏ ਦਾ ਪੀਸ ਲੈ ਜਾਓ ਮੇਰੇ ਕੋਲ ਆ ਕੇ। ਤੇ ਜੇਕਰ ਪ੍ਰਦਰਸ਼ਨ ਲੋਕੇਸ਼ਨ ਦੱਸਣੀ ਹੋਵੇ, ਲੋਕੇਸ਼ਨ ਅੰਮ੍ਰਿਤਸਰ ਦੇ, ਤੁਸੀਂ ਖੰਡ ਵਾਲੇ ਤੁਸੀਂ ਆਉਣਾ ਜੀ, ਖੰਡ ਵਾਲੇ ਆ ਕੇ ਸਾਡਾ ਨੰਬਰ ਦਿੱਤਾ ਜਾਊਗਾ ਫਲੈਸ਼ ਦੇ ਵਿੱਚ, ਮੇਰਾ ਨੰਬਰ ਜਿਹੜਾ ਪ੍ਰੋਡਕਟ ਦੇ ਪਿੱਛੇ ਵੀ ਨੰਬਰ ਦਿੱਤਾ ਹੈ, ਪੂਰਾ ਤਾਂ ਦੱਸ ਦਿੰਦੇ ਕਿ ਇਸ ਪ੍ਰੋਡਕਟ ਦੇ ਪਿੱਛੇ ਵੀ ਜਿਹੜਾ ਮੇਰਾ, ਜੇਕਰ ਬੋਲ ਤੋਂ ਲਾਈਵ 'ਚ ਤਸਵੀਰ ਦੇਖ ਰਹੇ ਆ, ਤੁਹਾਨੂੰ ਇੱਕ ਵਾਰ ਫਿਰ ਕਾਲ ਕਰ ਲੈਣਗੇ। ਮੇਰਾ ਕੰਟੈਕਟ ਨੰਬਰ 9170-9917-0011-77, ਓਕੇ, 9170-0011-77 ਤੇ ਮੈਨੂੰ ਕਾਲ ਕਰ ਦਿਓ। ਅਗਰ ਵਟਸਐਪ 'ਤੇ ਡਿਟੇਲ ਲੈਣੀ ਮੇਰੇ ਕੋਲ, ਵਟਸਐਪ 'ਤੇ ਡਿਟੇਲ ਲੈ ਲਿਓ, 5 ਰੁਪਏ ਦਾ ਮੈਂ ਪੀਸ ਦਊਂਗਾ। ਪਿੰਡਾਂ 'ਚ ਮਾਲ ਵੇਚਣਾ ਹੈ, ਕਿਸੇ ਨੇ ਕਿਧਰੇ ਵੀ ਮਾਲ ਵੇਚਣਾ, ਤੁਸੀਂ 10 ਰੁਪਏ ਦਾ ਜਿਹੜਾ ਮਾਲ ਹੈ 50% ਮਾਰਜਨ 'ਤੇ ਮਾਲ ਵੇਚ ਸਕਦੇ ਹੋ। ਔਰ ਸਭ ਤੋਂ ਵੱਡੀ ਗੱਲ ਹੈ, ਸਕ੍ਰਬਰ ਜੂਨਾ ਹਰ ਘਰ ਦੀ ਜ਼ਰੂਰਤ ਹੈ, ਕਲੀਨਰ ਭਾਰਤ ਦਾ ਪ੍ਰੋਡਕਟ, ਇਸ ਕਰਕੇ ਅਸੀਂ ਇਹਦਾ ਕਲੀਨਰ ਭਾਰਤ ਯੂਜ਼ ਕਰ ਰਹੇ ਹਾਂ, ਕਿਉਂਕਿ ਭਾਰਤ ਦਾ ਇੱਕ ਸੁਪਨਾ ਹੈ ਕਿ ਸਾਡਾ ਸਵੱਛ ਭਾਰਤ ਜਿਹੜਾ ਉਹ ਹੋਵੇ, ਤੇ ਮੈਂ ਸਵੱਛ ਭਾਰਤ ਨੂੰ ਹੀ ਮੱਦੇਨਜ਼ਰ ਰੱਖ ਕੇ ਉਹੀ ਸੋਚ ਕੇ ਮੈਂ ਮਾਲ ਜਿਹੜਾ ਸ਼ੁਰੂ ਕੰਮ ਕੀਤਾ ਕਿ ਹਰ ਘਰ ਸਾਫ਼ ਸੁਥਰਾ ਹੋਵੇ, ਹਰ ਘਰ ਦੇ ਬਰਤਨ ਸਾਫ਼ ਸੁਥਰੇ ਹੋਣ, ਚਮਕਦੇ ਰਹਿਣ ਬਰਤਨ, ਔਰ ਸਾਫ਼ ਸੁਥਰਾ ਰਹਿਣ, ਔਰ ਫਿਟ ਫੁੱਟ ਰਹਿਣ ਜੀ। ਤੇ ਪ੍ਰਦੀਪ ਭਾਜੀ, ਗੱਲ ਹੁਣ ਫਿਰ ਆਪਾਂ ਜੇਕਰ ਸ਼ੇਅਰਾਂ 'ਤੇ ਆ ਜਾਂਦੀ, ਕਈ ਵਾਰ ਗੱਲ ਆਪਾਂ ਸ਼ੇਅਰਾਂ 'ਤੇ ਔਫਰ ਦੇਣੀ ਆ, ਜੇਕਰ ਅਸੀਂ ਹੁਣ ਆਏ ਹਾਂ, ਸਾਡੇ ਦਰਸ਼ਕ ਪੰਜਾਬ ਟੂ ਪ੍ਰਦੇਸ਼ ਦੇ ਨਾਲ ਜੁੜੇ ਆ ਚੈਨਲ ਦੇ ਨਾਲ, ਜੇਕਰ ਉਹ ਦਰਸ਼ਕ ਤੁਹਾਨੂੰ ਆਉਣਗੇ ਸ਼ੇਅਰ 'ਤੇ ਕਿੰਨੀ ਔਫਰ? ਕਿਸੇ ਨੇ ਖੁੱਲ੍ਹਾ ਲੈਣਾ ਖੁੱਲ੍ਹਾ ਲੈ ਲਓ, ਪੈਕਿੰਗ ਲੈਣੀ ਆ ਪੈਕਿੰਗ ਲੈ ਲਓ, ਤੁਹਾਡੀ ਵੀਡੀਓ ਸ਼ੇਅਰ ਕਰਕੇ ਆ ਜਾਣ, 5 ਤੋਂ ਵੀ ਘੱਟ ਲਾ ਦੇਵਾਂਗੇ। ਆ 5 ਤੋਂ ਘੱਟ ਲਾ ਜੂਗਾ? 5 ਤੋਂ ਵੀ ਘੱਟ ਲਾ ਦੇਵਾਂਗੇ, ਸਿਰਫ ਤੁਹਾਡੇ ਪੰਜਾਬ ਟੂ ਪ੍ਰਦੇਸ਼ ਚੈਨਲ ਦੇ ਰਾਹੀਂ ਜਿਹੜੇ ਵੀ ਆਉਣਗੇ, ਓਕੇ, ਉਹਨਾਂ ਨੂੰ 5 ਰੁਪਏ ਤੋਂ ਵੀ ਘੱਟ ਲਾਵਾਂ, ਚਾਹੇ ਉਹਨਾਂ ਨੂੰ 4.5 ਦੇ ਦਿਆਂ, ਹਾਂਜੀ, ਚਾਹੇ ਉਹਨਾਂ ਨੂੰ 4.5 ਦੇ ਦਿਆਂ, ਕਿਰਾਇਆ ਉਹਨਾਂ ਦਾ ਆਪਣਾ ਹੋਏਗਾ, ਕਿਰਾਇਆ ਆਪਦਾ ਹੋਏਗਾ, ਕਿਰਾਇਆ ਉਹਨਾਂ ਦਾ ਆਪਣਾ ਹੈਗਾ। ਕਿੱਥੋਂ ਤੱਕ ਤੁਸੀਂ ਮਤਲਬ ਕਿ ਵਰਲਡ ਵਾਈਡ ਸ਼ਿਪਿੰਗ ਜਿੱਥੇ ਮਰਜ਼ੀ ਮੰਗਾ ਸਕਦੇ ਆਪਾਂ ਉੱਥੇ ਪਹੁੰਚਾ ਦੇਵਾਂਗੇ, ਲੈਂਦੇ ਪੰਜਾਬ 'ਚ ਸਾਡੇ ਬੜੇ ਦੋਸਤ ਨੇ ਵਿੱਚ, ਜੀ ਜੀ, ਬੜੇ ਸਾਡੇ ਫੋਲੋਅਰ ਬਣੇ ਹੋਏ ਲੈਂਦੇ ਪੰਜਾਬ ਤੋਂ ਵੀ, ਉੱਥੋਂ ਵੀ ਤੁਹਾਨੂੰ ਵੀਡੀਓ ਤੁਹਾਡੀ ਦਿਖ ਰਹੀ ਹੈ। ਗੱਲ ਪਤਾ ਕਿ ਜੀ, ਮਾਰਕੀਟ 'ਚ ਕੰਪੀਟੀਸ਼ਨ ਬਹੁਤ ਹੈ, ਡੁਪਲੀਕੇਟ ਮਾਲ ਬਹੁਤ ਵੇਖਦਾ ਲੋਕੀ, ਹਰ ਘਰ ਦੀ ਜ਼ਰੂਰਤ, ਸਟੀਲ ਨਹੀਂ ਕੋਈ ਵੀ ਦਿੰਦਾ ਛੇਤੀ, ਜੀ ਇਹ ਪਿਓਰ ਸਟੀਲ ਦਾ, ਇਹਨੂੰ ਜੰਗ ਤੇ ਲੱਗਣਾ ਹੀ ਨਹੀਂ ਹੈ, ਇਹ ਤਾਂ ਭਾਜੀ ਚੈੱਕ ਕਿਦਾਂ ਹੈਗਾ ਸਟੀਲ ਪਿਓਰ ਹੈ? ਪਾਣੀ 'ਚ ਰੱਖੋ, ਅਗਰ ਲੋਕਲ ਤੁਸੀਂ ਸਟੀਲ ਦਾ ਬੂਰੇ ਵਾਲਾ ਹਲਕੇ ਵਾਲਾ ਲੈਂਦੇ ਹੋ, ਉਹਨੂੰ ਤੁਸੀਂ ਪਾਣੀ 'ਚ ਭਿਓ ਕੇ ਰੱਖ ਦਿਓ, ਅਗਲੇ ਦਿਨ ਸਵੇਰੇ ਜੰਗ ਲੱਗ ਜਾਏਗਾ, ਉਹਨੂੰ ਉਹ ਲਾਲ ਹੋ ਜਾਏਗਾ, ਕਾਲਾ ਹੋ ਜਾਏਗਾ, ਜੰਗਾਲ ਲੱਗ ਜਾਏਗਾ, ਉਹ ਜੰਗਾਲ ਲੱਗ ਜਾਏਗਾ। ਹਾਂ, ਇਹਨੂੰ ਤੁਸੀਂ ਰੱਖੋ, ਇਹਨੂੰ ਯੂਜ਼ ਕਰੋ, ਇਹਨੂੰ ਯੂਜ਼ ਕਰਨ ਤੋਂ ਬਾਅਦ ਤੁਸੀਂ ਇਹ ਵੇਖੋ, ਅਗਰ ਤੇ ਜੰਗ ਲੱਗ ਗਿਆ ਤੇ ਮੇਰਾ ਮਾਲ ਮੈਨੂੰ ਵਾਪਸ ਦੇ ਦਿਓ, ਅਸੀਂ ਗਰੰਟੀ ਨਾਲ ਖੋਲਿਆ। ਮੈਂ ਤੁਹਾਡੇ ਕੋਲ ਸਿਰਫ 5 ਪੈਸੇ ਕਮਾਈ ਕਰ ਰਿਹਾ, ਸਿਰਫ 5 ਪੈਸੇ ਜਾਂ 10 ਪੈਸੇ। ਅੱਛਾ ਜੀ, ਇਹ 5-10 ਪੈਸੇ ਦੀ ਖੇਡ ਹੈ, ਕੋਈ ਵੱਡੀ ਖੇਡ ਨਹੀਂ। ਤੇ ਪ੍ਰੋਡਕਟ ਕਈ ਵਾਰ ਹੁੰਦਾ ਕਿ ਅੱਗੇ ਲਿਆ ਕੇ ਸ਼ੇਅਰ ਕਰਦੇ, ਇਹ ਪ੍ਰੋਡਕਟ ਸਾਰਾ ਜਿਹੜਾ ਇਹ ਸਾਡਾ ਆਪਣਾ ਹੈ ਜੀ, ਇਹ ਤੁਹਾਡਾ ਖੁਦ ਦਾ ਵਾ, ਇਹ ਸਾਡਾ ਆਪਣਾ ਕਲੀਨਰ ਭਾਰਤ, ਸਾਡਾ ਪ੍ਰੋਡਕਟ ਆਪਣਾ ਹੈ ਜੀ। ਮੈਨੂਫੈਕਚਰਿੰਗ ਤੁਹਾਡੀ ਖੁਦ ਹੀ ਹੈ? ਮੈਨੂਫੈਕਚਰਿੰਗ ਸਾਡੀ ਖੁਦ ਹੀ ਹੈ, ਅਸੀਂ ਮੈਨੂਫੈਕਚਰਿੰਗ ਦਿੱਲੀ ਤੋਂ ਵੀ ਕਰਵਾਉਂਦੇ ਹਾਂ, ਕੁਛ ਆਪ ਵੀ ਕਰਦੇ ਹਾਂ, ਕੁਛ ਮੇਰਠ ਤੋਂ ਵੀ ਮਾਲ ਆਉਂਦਾ ਸਾਡਾ ਜੀ। ਓਕੇ, ਮਤਲਬ ਕਿ ਅਲੱਗ ਅਲੱਗ ਤੇ ਇੰਡੀਆ ਦੇ ਵਿੱਚ, ਮਤਲਬ ਕਿ ਉਸ ਤਰ੍ਹਾਂ ਬ੍ਰਾਂਚਾਂ 'ਚ, ਜੇਕਰ ਬ੍ਰਾਂਚ ਤੁਹਾਡੇ ਕੋਲ ਲੈਣੀ ਹੋਵੇ ਕਿਸੇ ਨੇ, ਸਾਡੇ ਕੋਲ ਲੈਣੀ ਹੈ, ਸਾਡੇ ਨਾਲ ਆ ਜਾਣ, ਕਾਊਂਟਰ ਤੇ ਬਹਿ ਕੇ ਗੱਲ ਕਰਾਂ, ਜੋ ਰੇਟ ਹੋਊਗਾ ਵੱਧ ਤੋਂ ਵੱਧ ਦੇਵਾਂਗੇ, ਸਾਡੇ ਨਾਲ ਜੁੜਨਗੇ, ਉਹਨਾਂ ਨੂੰ ਫਾਇਦਾ ਹੋਏਗਾ ਲੱਖਾਂ ਦਾ। ਔਰ ਪਲੱਸ ਸਭ ਤੋਂ ਵੱਡੀ ਗੱਲ ਇਹਦੇ ਵਿੱਚ, ਮੈਂ ਦਿਲਬਾਗ ਜੀ ਤੁਹਾਡੀ ਗੱਲ ਰੋਕ ਦਿੰਦਾ, ਉਹਨਾਂ ਨੂੰ ਰੋਜ਼ਗਾਰ ਕਿਸੇ ਨੂੰ ਵੀ ਦੇਣਾ, ਅਗਰ ਕੋਈ ਅੱਜ ਕੱਲ੍ਹ ਸਭ ਤੋਂ ਵੱਡੀ ਮੁੱਦਾ ਬਣਿਆ ਬੇਰੋਜ਼ਗਾਰੀ, ਕੋਈ ਮਹਿਲਾਵਾਂ ਨੇ, ਕੋਈ ਜੈਂਟਸ ਨੇ, ਕੋਈ ਲੜਕੇ ਨੇ ਬੇਰੋਜ਼ਗਾਰ ਤੁਰੇ ਫਿਰਦੇ ਨੇ, ਤੁਸੀਂ ਡੋਰ ਟੂ ਡੋਰ ਮਾਲ ਸਪਲਾਈ ਕਰ ਦਿਓ। ਓਕੇ, ਸਾਰਾ ਮਾਲ ਸਪਲਾਈ, ਮਾਲ ਸਪਲਾਈ ਹਰ ਘਰ ਦੀ ਜ਼ਰੂਰਤ ਹੈ, ਨਾ ਇਹਦੇ ਕੋਈ ਐਕਸਪਾਇਰੀ ਆ, ਨਾ ਕਿਸੇ ਦੇ
ਇਹ ਖਾਸੀਅਤ ਹੈ ਜੀ ਸਾਡੀ ਸਭ ਤੋਂ ਵੱਡੀ ਗਰੰਟੀ ਫੁੱਲ ਦੇ ਰਹੇ ਮੈਂ ਕਹਿੰਦਾ ਜੀ ਪੂਰੇ ਇਹਦੇ ਰਿਵਿਊ ਲੈ ਕੇ ਮਾਰਕੀਟ 'ਚ ਫਿਰ ਇਹਨੂੰ ਸੁੱਟਿਆ ਜੀ ਆਪਾਂ ਮਾਰਕੀਟ ਅੱਛਾ ਫਿਰ ਮੈਂ ਗਰੰਟੀ ਜਿਹਦਾ ਟੈਸਟ ਹੁੰਦੀਆਂ ਕਈ ਵਾਰ ਗੱਡੀਆਂ ਕਾਰਾਂ ਆਉਂਦੀਆਂ ਮਾਰਕੀਟ 'ਚ ਪੂਰੇ ਸੇਲ ਵੱਧ ਦੇਖੋ ਟੈਸਟ ਇਹਨੂੰ ਸਕ੍ਰਬਰ ਨੂੰ ਟੈਸਟ ਕਰਨ ਦੇ ਦੋ ਤਰੀਕੇ ਆ ਜੀ ਇੱਕ ਤੈਨੂੰ ਪਾਣੀ 'ਚ ਪਿਓ ਦਿਓ ਅੱਛਾ ਜੀ ਪਾਣੀ 'ਚ 5 ਮਿੰਟ ਪਿਓ ਕੇ ਸਵੇਰੇ ਰੱਖ ਦਿਓ ਸਵੇਰ ਤੱਕ ਜੇ ਤਾਂ ਲੋਹਾ ਹੋਇਆ ਤੈਨੂੰ ਜੰਗਾਲ ਪੈ ਜਾਣਾ ਅੱਛਾ ਜੀ ਤੇ ਜੇ ਲੋਹਾ ਨਹੀਂ ਹੋਏਗਾ ਤੈਨੂੰ ਜੰਗਾਲ ਮੈਨੂੰ ਲੱਗਾ ਜਿੱਦਾਂ ਤੁਸੀਂ ਉਹ ਸ਼ਹਿਦ ਵਾਲੀ ਗੱਲ ਸੀ ਨਾ ਕਿ ਸ਼ਹਿਦ ਟੈਸਟ ਕਰਨ ਵਾਸਤੇ ਸੇਮ ਉਹੀ ਮੈਚ ਕੁਆਲਿਟੀ ਦਾ ਸੀ ਕਿ ਇਦਾਂ ਕਰਦਾ ਦੇਖੋ ਪਤਾ ਹੀ ਤਾਂ ਲੱਗਦਾ ਸਭ ਤੋਂ ਵੱਡੀ ਗੱਲ ਤੁਸੀਂ ਜਦੋਂ ਤੁਸੀਂ ਬਰਤਨ ਸਾਫ਼ ਕਰਦੇ ਹੋ ਬਰਤਨ ਸਾਫ਼ ਕਰਦੇ ਇਹਦੇ ਤਾਂ ਡਿੰਗ ਨਿਕੇ ਤਾਰਾਂ ਟੁੱਟਦੀਆਂ ਜਾਣੀਆਂ ਹਾਂਜੀ ਇਹਦੇ ਨਾਲ ਤਾਰਾਂ ਟੁੱਟਣਗੀਆਂ ਇਹ ਟੁੱਟੂਗਾ ਨਹੀਂ ਅਸ ਟੁੱਟੂਗਾ ਨਹੀਂ ਨਹੀਂ ਟੁੱਟੇਗਾ ਇਹਨੂੰ ਤੁਸੀਂ ਯੂਜ਼ ਕਰਕੇ ਵੇਖੋ ਜਿੱਦਾਂ ਇੱਕ ਉਸਤਾਦ ਜੀ ਮੈਂ ਹੋਰ ਤੁਹਾਡੀ ਗੱਲ ਕਰਨਾ ਚਾਹਾਂਗਾ ਜਿੱਦਾਂ ਇਹ ਚੀਜ਼ ਸੇਲ ਕਰਦੇ ਪਿੰਡਾਂ ਦੇ ਵਿੱਚ ਆਪਾਂ ਦੇਖਦੇ ਆ ਸ਼ਹਿਰਾਂ 'ਚ ਜਾਗਦੇ ਆ ਕਈ ਵਾਰੀ ਆਪਣੇ ਮਤਲਬ ਕਿ ਲੋਕਾਂ ਨੂੰ ਓਰੀਜਨਲ ਮਾਲ ਦੀ ਅਵੇਅਰਨੈਸ ਨਹੀਂ ਹੈਗੀ ਅਵੇਅਰਨੈਸ ਨਹੀਂ ਹੈਗੀ ਉਹ ਚੀਜ਼ ਮੈਂ ਕਰਨ ਲੱਗਾ ਸੀ ਅਵੇਅਰਨੈਸ ਦੱਸ ਰਿਹਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਅਵੇਅਰਨੈਸ ਦੱਸ ਰਿਹਾ ਕਿ ਓਰੀਜਨਲ ਸਟੀਲ ਇੱਕ ਅਗਰ ਤੇ ਸਟੀਲ ਦਾ ਬੂਰਾ ਵੀ ਹੁੰਦਾ ਇੱਕ ਇਹ ਸਟੀਲ ਦੀ ਤਾਰ ਹੈ ਹਾਂਜੀ 430 ਗ੍ਰੇਡ ਦਾ ਮਾਲ ਹੋਏਗਾ ਸਟੀਲ ਦੀ ਤਾਰ ਜਿਹੜੀ ਹੈ ਤਾਰ ਤੋਂ ਉੱਪਰ ਇਹ ਮਾਲ ਬਣਿਆ ਅੱਛਾ ਤਾਰ ਤੋਂ ਬਣਿਆ ਬੂਰੇ ਤੋਂ ਨਹੀਂ ਬਣਿਆ ਬੂਰੇ ਤੋਂ ਬਣੇਗਾ ਤੇ ਹੱਥ ਵੱਢ ਦੇਗਾ ਤੇ ਇਹ ਜਿਹੜਾ ਪਿੱਛੇ ਪਿਆ ਹੋਇਆ ਵਾ ਇਹ ਆਪਣੇ ਇਹ ਲੋਕਲ ਅਗਰ ਤੇ ਪੈਕਿੰਗ ਚ ਲਓਗੇ ਤਾਂ ਵੀ 5 ਰੁਪਏ ਦਾ ਵਿਦਆਊਟ ਪੈਕਿੰਗ ਲਓਗੇ ਤਾਂ 3.5 ਰੁਪਏ ਦਾ ਪੀਸ ਦਵਾਂਗੇ ਤਾਂ 3.5 ਰੁਪਏ ਦਾ ਵਿਦਆਊਟ ਪੈਕਿੰਗ ਲਓ ਸਾਡੇ ਕੋਲ 3.5 ਰੁਪਏ ਦਾ ਹਾਂ ਤੇ ਕਈਆਂ ਨੇ ਘਰਾਂ 'ਚ ਯੂਜ਼ ਕਰਨਾ ਹੁੰਦਾ ਸਾਡੇ ਕੋਲ 12 ਦਾ 12 ਦੋ ਅਗਰ ਤੇ ਲੋਕਲ ਹੋਣਗੇ ਸਾਡੇ ਤਾਂ ਆਪਾਂ ਹੋਮ ਡਿਲੀਵਰੀ ਫ੍ਰੀ ਦੇ ਦਾਂਗੇ ਲੋਕਲ ਅੰਮ੍ਰਿਤਸਰ ਵਾਸਤੇ ਅੰਮ੍ਰਿਤਸਰ ਦੇ ਵਿੱਚ ਹੋਮ ਡਿਲੀਵਰੀ ਫ੍ਰੀ ਦੇਵਾਂਗੇ ਘੱਟੋ ਘੱਟ 1 ਦਰਜਨ ਮਾਲ ਹੋਣਾ ਚਾਹੀਦਾ ਜੀ 1 ਦਰਜਨ ਮਾਲ ਦੇ ਵਿੱਚ ਘੱਟੋ ਘੱਟ 12 ਪੀਸ ਦਾ 12 ਪੀਸ ਕਿੰਨੇ ਦਾ ਪਏਗਾ ਆਪਾਂ ਨੂੰ 3.5 ਰੁਪਏ ਦਾ ਪੀਸ ਤੁਸੀਂ ਆਪ ਸਾਲ ਲਾ ਲਓ 12 ਕੁਛ ਵੀ ਨਹੀਂ ਪੈਣਾ ਕੁਛ ਵੀ ਨਹੀਂ ਪੈਣਾ ਭਾਜੀ ਉਹ ਸਿਰਫ ਸਾਡਾ ਚਾਹੇ ਸਾਡਾ ਚਾਹੇ ਤੇ 10 ਰੁਪਏ ਦਾ ਪੈਟਰੋਲ ਕਿਉਂ ਨਾ ਲੱਗ ਜਾਏ 36 ਰੁਪਏ ਦੇ ਸਾਰਾ ਅਸੀਂ ਉਹਨਾਂ ਨੂੰ ਘਰ ਪਹੁੰਚਾਵਾਂਗੇ 36 ਰੁਪਏ ਤੁਹਾਡਾ ਭਾਜੀ ਤੇ ਲੱਗ ਜਾਣਾ ਤਾਂ ਕੋਈ ਗੱਲ ਨਹੀਂ ਅਸੀਂ ਆਪਣੀ ਮਾਰਕੀਟਿੰਗ ਕਰਦੇ ਹਾਂ ਜੀ 36 ਰੁਪਏ ਦੇ ਵਿੱਚ 12 ਪੀਸ ਬਿਲਕੁਲ ਅਸੀਂ 12 ਪੀਸ ਤੁਸੀਂ ਅੰਮ੍ਰਿਤਸਰ ਤੋਂ ਲੋਕਲ ਲੈ ਕੇ ਘਰੇ ਪਹੁੰਚਾ ਦੇਵਾਂਗੇ ਤੁਹਾਡੇ ਘਰੇ ਪਹੁੰਚਾ ਦੋਗੇ ਬਿਲਕੁਲ ਔਰ ਸਭ ਤੋਂ ਵੱਡੀ ਗੱਲ ਤੁਸੀਂ ਪ੍ਰੋਡਕਟ ਨੂੰ ਯੂਜ਼ ਕਰਕੇ ਦੇਖੋ ਤੁਸੀਂ ਦੇਖੋ ਪੈਕਿੰਗ ਕੀ ਹੈ ਪੈਕਿੰਗਾਂ ਦੇ ਖਰਚੇ ਪੈ ਜਾਂਦੇ ਆ ਅੱਛਾ ਜੀ ਪੈਕਿੰਗ ਦੇ ਖਰਚੇ ਪੈ ਜਾਂਦੇ ਆ ਅਗਰ ਪੈਕਿੰਗ ਹੁਣ ਇਹ ਸਾਡਾ ਹੈਗਾ ਸਟੀਲ ਦਾ ਹਾਂਜੀ ਸਟੀਲ ਦਾ ਸਪੰਚ ਹੈ ਹਾਂਜੀ ਸਟੀਲ ਦਾ ਸਪੰਚ ਇਹਦਾ ਰੇਟ 40 ਰੁਪਏ ਆ ਅੱਛਾ ਜੀ ਇਹਦਾ ਰੇਟ 40 ਹੈ ਅਸੀਂ 20 ਚ ਦੇ ਦਾਂਗੇ ਇਹਦਾ ਕੀ ਕਾਰਨ ਸਾਡਾ ਆਪਣਾ ਰੇਟ ਹੈ ਜੀ ਅਸੀਂ ਕਮਾਈ ਘੱਟ ਰੱਖੀ ਹੈ ਬਾਕੀ ਸਿੱਧਾ ਤੁਸੀਂ ਸਪਲਾਈ ਕੀ ਕਰਦੇ ਆ ਅਸੀਂ ਸਪਲਾਈ ਕਰਦੇ ਆ ਸਾਡਾ ਮੇਨ ਮੋਟਿਵ ਯਾਰ ਹਰ ਇੱਕ ਨੂੰ ਕੰਮ ਮਿਲੇ ਕੋਈ ਗਰੀਬ ਬੰਦਾ ਹੈ ਕੋਈ ਕੰਮ ਕਰਨਾ ਚਾਹੁੰਦਾ ਹੈ ਕਿਸੇ ਨੂੰ ਨੌਕਰੀ ਨਹੀਂ ਮਿਲ ਰਹੀ ਤਾਂ ਸਾਡੇ ਕੋਲੋਂ 1000 ਸਾਡੇ ਕੋਲੋਂ ਪੈਸੇ ਵੀ ਨਾ ਦੇਵੇ ਇੱਕ ਸਵਾਲ ਮੇਰਾ ਹੋਰ ਹੈ ਜੀ ਸਾਡੇ ਕੋਲ ਪੈਸੇ ਵੀ ਨਾ ਦੇਵੇ ਆਪਣੀ ਜ਼ਿੰਮੇਵਾਰੀ ਦੇ ਕੇ ਆਪਣੀ ਜ਼ਿੰਮੇਵਾਰੀ ਦੇ ਕੇ ਸਾਡੇ ਕੋਲ ਮਾਲ ਲੈ ਜਾਵੇ ਆਪਣਾ ਮਾਲ ਵੇਚ ਕੇ ਆਪਣੇ ਪੈਸੇ ਆਪਣੇ ਕੋਲ ਰੱਖੇ ਸਾਡੇ ਮਾਲ ਦੇ ਸਾਨੂੰ ਪੈਸੇ ਦੇ ਦੇ ਐਡੀ ਵੱਡੀ ਗਰੰਟੀ ਸਾਨੂੰ ਪੈਸੇ ਦੇਣ ਤੋਂ ਬਗੈਰ ਹੀ ਕੰਮ ਸ਼ੁਰੂ ਕਰ ਲੈ ਪਰ ਇੱਕ ਜ਼ਿੰਮੇਵਾਰੀ ਲੈ ਕੇ ਆਵੇ ਨਾਲ ਜ਼ਿੰਮੇਵਾਰੀ ਤਾਂ ਦੇ ਦੋਗੇ ਪ੍ਰੋਡਕਟ ਧੋਖੇ ਬੜੀਆਂ ਬਹੁਤ ਹੁੰਦੀਆਂ ਨੇ ਸਾਨੂੰ ਇੱਥੇ ਲੋਕਲ ਕੋਈ ਜ਼ਿੰਮੇਵਾਰੀ ਦੇ ਦੇ ਜੀ ਜ਼ਿੰਮੇਵਾਰੀ ਦੇ ਦੇ ਉਸ ਤੋਂ ਬਾਅਦ ਸਾਡੇ ਕੋਲੋਂ ਮਾਲ ਲੈ ਸਕਦਾ ਜੀ ਕੋਈ ਗੱਲ ਨਹੀਂ ਮਗਰ ਗਰੰਟੀ ਫੁੱਲ ਨਾਲ ਕੰਮ ਦੀ ਸਾਡੇ ਕੋਲ ਕਈ ਲੇਡੀਜ਼ ਭੈਣਾਂ ਆਉਂਦੀਆਂ ਨੇ ਉਹ ਬਿਨਾਂ ਪੈਸੇ ਤੋਂ ਸਾਡੇ ਕੋਲ ਮਾਲ ਲੈ ਕੇ ਜਾਂਦੀਆਂ ਅੱਛਾ ਸਾਰਾ ਤੇ ਪ੍ਰੋਡਕਟ ਮੈਂ ਇੱਕ ਹੋਰ ਦੇਖ ਰਿਹਾ ਸੀਗਾ ਇਹਨਾਂ ਦੇ ਅਲੱਗ ਅਲੱਗ ਸਾਰੇ ਸਾਈਜ਼ ਹੈ ਜੀ ਇਹ ਦੇਖੋ ਜੀ 8 ਐਮਐਮ ਦਾ ਹੈ ਇਹ 8 ਆ ਕਿੰਨੇ ਦਾ ਇਹ ਜੀ ਹੈਗਾ ਜੀ ਇਹ ਵੀ 8 ਐਮਐਮ ਦਾ ਹੀ ਆ ਅੱਛਾ ਜੀ ਇਹ 10 ਐਮਐਮ ਦਾ ਇਹ 10 ਐਮਐਮ ਐਮਐਮ ਦੀ ਮੋਟਾਈ ਹੁੰਦੀ ਆ ਜਿਹੜਾ ਹਾਂ ਜਿਸ ਤਰ੍ਹਾਂ ਇਹਦੀ ਮੋਟਾਈ ਇਹਦੀ 8 ਐਮਐਮ ਦੀ ਮੋਟਾਈ ਆ ਹਾਂਜੀ ਔਰ ਇਹਦੀ 10 ਐਮਐਮ ਦੀ ਮੋਟਾਈ ਆ ਅੱਛਾ ਇਹ 10 ਐਮਐਮ ਦੀ ਆ ਜੀ ਇਹਦੀ 10 ਐਮਐਮ ਦੀ ਮੋਟਾਈ ਆ ਇਹ ਘੱਟੋ ਘੱਟ ਅਗਰ ਗੱਲ ਕਰੀਏ 10 ਦਿਨ ਆਰਾਮ ਨਾਲ ਚੱਲਦਾ ਇੱਕ ਘਰ ਦੇ ਵਿੱਚ 10 ਦਿਨ 2 ਦਿਨ ਨਹੀਂ ਚੱਲੇਗਾ 10 ਦਿਨ ਚੱਲੇਗਾ ਤੇ ਇੱਕ ਮੈਂ ਹੋਰ ਸਵਾਲ ਕਰਾਂਗਾ ਜੇਕਰ ਦਰਸ਼ਕ ਦੂਰ ਦੇਖ ਰਹੇ ਨੇ ਕਿਤੇ ਮੰਨ ਲਓ ਕਿ ਦੂਸਰੀ ਸਟੇਟ ਦੇ ਨੇ ਜੇਕਰ ਉਹਨਾਂ ਨੇ ਆਪਣਾ ਮਾਲ ਘੱਟ ਬਜਟ ਦੇ ਮਤਲਬ ਕਿ 4-5 ਹਜ਼ਾਰ ਦਾ ਚਾਹੀਦਾ ਹੋਵੇ ਉਹਨਾਂ ਨੂੰ ਮੈਂ ਕਹਿੰਦਾ ਜੀ 2000 ਤੋਂ ਸ਼ੁਰੂ ਕਰ ਲਓ 2000 ਤੋਂ ਤੁਹਾਡਾ ਮਾਲ ਵਿਕਿਆ ਵਿਕਿਆ ਨਹੀਂ ਤਾਂ ਆਪਣਾ ਮਾਲ ਜਿੱਦਾਂ ਤੁਸੀਂ ਮਾਲ ਲਿਆ ਉਦਾਂ ਹੀ ਲੈ ਕੇ ਵਾਪਸ ਦੇ ਕੇ ਆਪਣੇ ਪੈਸੇ ਵੀ ਲੈ ਜਾਓ ਪੂਰੀ ਗਰੰਟੀ ਫੁੱਲ ਲੈ ਜਾਓ ਪੈਸੇ ਵਾਪਸ ਓਕੇ ਕਿਉਂਕਿ ਧਮਾਕਾ ਤੇ ਨਵੇਂ ਸਾਲ ਤੇ ਆਫਰਾਂ ਇਹ ਕੰਮ ਨਹੀਂ ਹੈਗਾ ਜੀ ਠੱਗੀ ਵਾਲਾ ਕੰਮ ਨਹੀਂ ਹੈਗਾ ਤੁਸੀਂ ਮਾਲ ਵੇਚ ਦਿੱਤਾ ਤੁਹਾਡਾ ਨਹੀਂ ਵਿਕਿਆ ਨਹੀਂ ਵਿਕਿਆ ਯਾਰ ਮਾਲ ਵਾਪਸ ਦੇ ਦਿਓ ਆਪਣੇ ਪੈਸੇ ਲਾ ਜਾਓ ਜਿੰਨੇ ਹੈਗੇ ਤੁਹਾਡੇ ਕੋਲ ਕਹਿ ਸਕਦੇ ਕਿਸਮਤ ਵਿੱਚ ਜਮਾ ਸਕਦੇ ਬੰਦੇ ਕਿਸਮਤ ਵਿੱਚ ਜਮਾਓ ਨਹੀਂ ਤੇ ਪੈਸੇ ਕਰੋ ਮੈਂ ਤਾਂ ਖੁੱਲੀ ਆਫਰ ਦਿੰਦਾ ਭਾਜੀ ਕਈ ਵਾਰ ਹੁੰਦਾ ਕਿ ਇਦਾਂ ਸਮਾਨ ਬੰਦਾ ਆਪਣਾ ਜਿਹੜਾ ਮਾਲ ਚੁੱਕ ਕੇ ਲੈ ਗਿਆ ਉਹ ਤੋਂ ਬਾਅਦ ਵਾਪਸੀ ਕੋਈ ਵੀ ਵਿਕਿਆ ਸਮਾਨ ਨਹੀਂ ਸਾਡਾ ਜਿੱਦਾਂ ਮਾਲ ਲੈ ਕੇ ਗਿਆ ਉਦਾਂ ਹੀ ਸਾਨੂੰ ਵਾਪਸ ਦੇ ਦਿਓ ਵਿਦਨ 15 ਦਿਨ ਦੇ ਵਿੱਚ 15 ਦਿਨ ਦੇ ਵਿੱਚ 15 ਦਿਨਾਂ ਦੇ ਵਿੱਚ ਤੁਸੀਂ ਮਾਲ ਵਾਪਸ ਅੱਜ ਇਹ ਨਹੀਂ ਕਿ ਤੁਸੀਂ ਅੱਜ ਮਾਲ ਲੈ ਗਏ ਹੋ 2 ਮਹੀਨੇ ਬਾਅਦ ਤੁਸੀਂ ਵਾਪਸ ਦਿੰਦੇ ਹੋ ਆ ਕੇ ਐਦਾਂ ਦਾ ਕੋਈ ਨਹੀਂ ਹੈਗਾ 15 ਦਿਨ ਦੇ ਵਿੱਚ ਜਦੋਂ ਤੁਸੀਂ ਮਾਲ ਲੈ ਕੇ ਜਾਂਦੇ ਤੁਹਾਨੂੰ ਬਿੱਲ ਤੇ ਰੇਟ ਲਿਖ ਕੇ ਦੇ ਦਾਂਗੇ ਤਰੀਕ ਪਾ ਦਾਂਗੇ ਉਹ ਤਰੀਕ ਦੇ ਵਿੱਚ ਵੀ ਤੁਸੀਂ 15 ਦਿਨਾਂ ਦੇ ਵਿੱਚ ਮਾਲ ਵਾਪਸ ਕਰਨਾ ਤੇ ਵਾਪਸ ਕਰ ਚੋ ਇੱਕ ਮੈਂ ਨਾਂ ਪੁੱਛਾਂਗਾ ਬਾਜੀ ਕਲੀਨਰ ਭਾਰਤ ਸਵੱਛ ਭਾਰਤ ਸੁਣਿਆ ਸੀਗਾ ਇਹ ਮੈਂ ਸਵੱਛ ਭਾਰਤ ਦੇਖੋ ਜੀ ਆਪਣੇ ਪੰਜਾਬ ਸਰਕਾਰ ਹਿੰਦੁਸਤਾਨ ਸਰਕਾਰ ਭਾਰਤ
लो जी अमृतसर वाले ਤੁਹਾਡੇ ਵਾਸਤੇ ਵੱਡੀ ਆਫਰ ਬਾਈ ਉਹਨਾਂ ਦੇ ਗੋਦਾਮ ਭਰਿਆ ਹੋਇਆ ਸਾਰਾ ਪਟੋਵੇ ਸਤ ਪਿੱਛੇ ਤੱਕ ਤੇ ਸਾਰਾ ਸਮਾਨ ਪਿਆ ਬਾਈ ਉਹਨਾਂ ਦੇ ਕੋਲ ਤੇ ਆਫਰ ਵੱਡੀ ਦਿੱਤੀ ਹੈ ਨਾਲ ਪ੍ਰੋਡਕਟ ਤੁਸੀਂ ਦੇਖ ਸਕਦੇ ਇਹਨਾਂ ਦਾ ਤੇ ਆਫਰ ਵੀ ਬਾਈ ਉਹਨਾਂ ਦੱਸਤਾ ਕਿ ਆਹ ਚੀਜ਼ ਜਿਹੜੀ ਹੈ ਉਸ ਰੇਟਾਂ ਦੇ ਉੱਪਰ ਲੈ ਸਕਦੇ ਹੋ ਤੇ ਆਹ ਦੇਖ ਸਕਦੇ ਹੋ ਬਾਈ ਜੀ ਹੋਰ ਕੋਣ ਕਹਿਣਾ ਚਾਹੋਗੇ ਬਸ ਤੁਸੀਂ ਕੁਝ ਵੀਡੀਓ ਸ਼ੇਅਰ ਕਰਕੇ ਆਓ ਕਮ ਸੇ ਕਮ ਤੁਸੀਂ 15 ਤੋਂ 20 ਵੀਡੀਓ ਸ਼ੇਅਰ ਕਰ ਦਿਓ 20 ਗਰੁੱਪਾਂ 'ਚ ਸ਼ੇਅਰ ਕਰ ਦਿਓ ਤੇ ਇੱਕ ਜਿਹੜਾ ਪੈਕਟ ਹੈ ਮੈਂ 12 ਪੀਸਾਂ ਦਾ ਇੱਕ ਪੈਕਟ ਤੇ ਮੈਂ ਤੁਹਾਨੂੰ ਉਵੇਂ ਹੀ ਫ੍ਰੀ ਦੇ ਦਾਂਗਾ ਜੀ ਫ੍ਰੀ ਫ੍ਰੀ ਦੇ ਦਾਂਗਾ ਜੀ ਓਕੇ 12 ਪੀਸ ਨੇ 12 ਗਰੁੱਪਾਂ 'ਚ ਸ਼ੇਅਰ ਕਰਕੇ ਸਾਨੂੰ ਸਕਰੀਨਸ਼ਾਟ ਦਿਖਾ ਦਿਓ ਤੇ ਆਹ ਪੀਸ ਸਾਡੇ ਕੋਲ ਉਵੇਂ ਹੀ ਲੈ ਜਿਓ ਫ੍ਰੀ ਲੋ ਜੀ 12 ਗਰੁੱਪਾਂ ਦੇ ਵਿੱਚ WhatsApp ਤੇ ਉੱਤੇ Facebook ਔਰ WhatsApp ਤੇ ਲੋ ਜੀ ਨਾਲ WhatsApp ਦੇ ਉੱਪਰ ਜਾਂ Facebook ਦੇ ਉੱਪਰ ਆਪਣੇ ਸਟੇਟਸ ਲਾ ਕੇ ਤੇ ਬਾਈ ਜੀ ਨੂੰ ਸਕਰੀਨਸ਼ਾਟ ਭੇਜ ਦਿਓ ਨੰਬਰ ਮੈਂ ਮੈਂਸ਼ਨ ਕਰ ਦੇਣਾ ਨਾਲ ਲੋਕਾਂ ਨੂੰ ਕਾਰ ਰੋਜ਼ੀ ਮਿਲ ਜੇਗੀ ਜੀ ਪੈਸਾ ਕੀ ਅੱਜ ਦੇ ਜਮਾਨੇ 'ਚ ਕਾਊਂਟਰ ਬਣਾਉਣਾ ਹੋਵੇ ਤੇ 50,000 ਦਾ ਕਾਊਂਟਰ ਹੀ ਬਣਦਾ ਜੀ ਤੇ ਤੁਸੀਂ ਸਾਡੇ ਕੋਲੋਂ ਕੰਮ ਕਰੋ ਤੁਸੀਂ ਆਪਣਾ 5 ਰੁਪਏ ਕਰ ਲਾਜੋ ਮੈਨੂੰ ਮੇਰੇ 5 ਦੇ ਦਿਓ ਜੀ ਠੀਕ ਹੈ ਜੀ ਠੀਕ ਹੈ ਤੁਸੀਂ ਆਇਓ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਸਪੈਸ਼ਲ ਆਇਓ ਤੇ ਤੁਹਾਡਾ ਵੀ ਇੱਕ ਬਹੁਤ ਵੱਡਾ ਉਪਰਾਲਾ ਹੈ ਕਿ ਤੁਸੀਂ ਲੋਕਾਂ ਦੇ ਘਰਾਂ ਤੱਕ ਰੋਜ਼ਗਾਰ ਪਹੁੰਚਾਉਂਦੇ ਹੋ ਤੁਸੀਂ ਇਸ ਦਾ ਦੀ ਵੀਡੀਓ ਕਰਦੇ ਕਿ ਜਿਹੜੇ ਸਾਡੇ ਵਰਗੇ ਵੀ ਛੋਟੇ ਜਾਂ ਕਹਿ ਸਕਦੇ ਹੋ ਕਿ ਵਪਾਰੀ ਨੇ ਉਹਨਾਂ ਨੂੰ ਵੀ ਤੁਸੀਂ ਹਾਈਲਾਈਟ ਕਰਦੇ ਹੋ ਲੋਕਾਂ ਤੱਕ ਜਾਂ ਪ੍ਰੋਡਕਟ ਨੂੰ ਹਾਈਲਾਈਟ ਕਰਦੇ ਹੋ ਲੋਕਾਂ ਤੱਕ ਬਹੁਤ ਵੱਡਾ ਕੰਮ ਹੈ ਜੀ ਤੁਹਾਡਾ ਵੀ ਧੰਨਵਾਦ ਧੰਨਵਾਦ ਜੀ ਪ੍ਰਦੀਪ ਜੀ ਨੇ ਤਾਂ ਗੱਲਬਾਤ ਕੀਤੀ ਹੈ ਤਾਂ ਇਹ ਜਾਣਕਾਰੀ ਮੈਂ ਦੁਬਾਰਾ ਫੇਰ ਦਿੰਦਾ ਇਹਨਾਂ ਦਾ ਕਲੀਨਰ ਭਾਰਤ ਇੱਕ ਪ੍ਰੋਡਕਟ ਹੈ ਖੁਦ ਤੁਸੀਂ ਜਿਹੜਾ ਯੂਜ਼ ਕਰ ਸਕਦੇ ਹੋ 5 ਰੁਪਏ ਬਾਕਸ ਉੱਪਰ ਵੀ ਕੀਮਤ ਲਿਖੀ ਬਾਈ ਉਹਨਾਂ ਨੇ ਆਫਰ ਹੈ ਜੇਕਰ ਇਕੱਠਾ ਮਾਲ ਚੱਕਦੇ ਹੋ ਫੇਰ ਤੁਹਾਨੂੰ ਹੋਰ ਡਿਸਕਾਊਂਟ ਇਹਤੇ ਦੇਣਗੇ ਤਾਂ ਉਹ ਆਪਾਂ ਗੱਲ ਤੁਹਾਡੀ ਲਾਈਵ ਕਰਤੀ ਹੈ ਕਿਉਂਕਿ ਮੈਂ ਰਿਕਾਰਡ ਨਹੀਂ ਕੀਤਾ ਮੈਂ ਐਡੀਟਿੰਗ ਨਹੀਂ ਕਰਦਾ ਮੈਂ ਲਾਈਵ ਹੀ ਕਰਦਾ ਨਾ ਜ਼ਿਆਦਾਤਰ ਤੇ ਲਾਈਵ ਦੇ ਵਿੱਚ ਜੋ ਗੱਲ ਕੀਤੀ ਹੈ ਆਪਾਂ ਉਹ ਰਿਕਾਰਡ ਰੱਖਣੀ ਹੈ ਇਸ ਤੋਂ ਬਾਅਦ ਆਪਾਂ ਨਹੀਂ ਜਾਣਾ ਤੇ ਤੁਸੀਂ ਜਿਹੜਾ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਕੇ ਬਾਈ ਉਹਨਾਂ ਨੂੰ ਆ ਜਾਓ ਤੇ ਆਪਣਾ ਜਿਹੜਾ ਪ੍ਰੋਡਕਟ ਉਸ ਨਾਲ ਤੁਸੀਂ ਜਿਹੜਾ ਫ੍ਰੀ ਵੀ ਲੈ ਸਕਦੇ ਜੀ 5 ਰੁਪਏ ਦਾ ਲੈ ਜਾਓ ਅਗਰ ਤੁਸੀਂ 12 ਤੋਂ 15 ਗਰੁੱਪਾਂ ਦੇ ਵਿੱਚ ਸ਼ੇਅਰ ਕਰਕੇ ਆਉਂਦੇ ਤਾਂ ਮੈਂ 12 ਪੀਸਾਂ ਦਾ ਦਰਜਨ ਤੁਹਾਨੂੰ ਫ੍ਰੀ ਦੇ ਦਾਂਗਾ ਫ੍ਰੀ ਦੇ ਦੇਣਗੇ ਓਕੇ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਵੀਰ ਜੇ ਤੁਹਾਨੂੰ ਮੈਸੇਜ ਜਿਹੜਾ ਬਾਈ ਉਹਨਾਂ ਦੀ ਗੱਲ ਵਧੀਆ ਲੱਗੀ ਆ ਤਾਂ ਜ਼ਰੂਰ ਸ਼ੇਅਰ ਕਰਕੇ ਜਿਹੜਾ ਸਕਰੀਨਸ਼ਾਟ